दूल्हे की खुशबू आ रही है। आप केवल अब जब अमरजीत जी पढ़ रहे हो तो आप उन्हें सुने, और केवल अब दो, एक अमरजीत और भाई महेंद्र शर्मा, दो लोगों ने कविता पढ़नी है नहीं हो तो फिर भी लेट, तो आप लोग एक बार उन्हें जोरदार तालियां बजाएं भाई। ਪੰਜਾਬੀ ਅਕਾਦਮੀ ਨੇ ਜਦੋਂ ਸਾਡੇ ਪੰਜ ਪੰਜਾਬੀ ਸ਼ਾਇਰਾਂ ਨੂੰ ਇੱਥੇ ਆਉਣਾ ਸਿੱਖਿਆ ਤਾਂ ਇੰਸਟਰਕਸ਼ਨ ਇਹ ਸੀ ਵੀ ਇੱਕ ਦੋ ਤਿੰਨ ਪੰਜ ਭਗਤ ਰਵਿਦਾਸ ਜੀ ਦੇ ਜੀਵਨ ਤੇ ਕਹੇ ਜਾਣ, ਉਸ ਤੋਂ ਬਾਅਦ ਹਾਸਲ ਅਸੀਂ ਕੰਮ ਯਾਦ ਰਹੇਗਾ, ਤਾਂ ਤਿੰਨ ਚਾਰ ਲਿਖ ਕੇ ਲਿਆ ਸੀ ਬੰਦ ਕਹਿ ਕੇ, ਉਸ ਤੋਂ ਬਾਅਦ ਦੋ ਚਾਰ ਤੁਹਾਨੂੰ ਸ਼ੇਅਰ, ਚਾਰ ਪੰਜ ਮਿੰਟ ਮੇਰਾ ਕਲਾਮ ਖਤਮ ਹੋ ਜਾਏਗਾ। ਜਗਿੰਦਰ ਜੀ ਇੱਕ ਸ਼ੇਅਰ ਸੁਣੋ, ਦੁਆਰ ਉਹਦੇ ਗਿਆਨ ਦੇ ਖੁੱਲ ਜਾਵਣ, ਚੁੰਮ ਲਵੇ ਜੋ ਆ ਕੇ ਦੁਆਰ ਤੇ, ਦੁਆਰ ਉਹਦੇ ਗਿਆਨ ਦੇ ਖੁੱਲ ਜਾਵਣ, ਚੁੰਮ ਲਵੇ ਜੋ ਆ ਕੇ ਦੁਆਰ ਤੇਰਾ, ਤੇਰੇ ਦਰ ਦੀ ਢੂੜ ਢੂੰਡਾ, ਮੱਥੇ ਸੇਵਕ ਹੋ ਜਾਏ ਭੌਜਲੋ ਪਾਰ ਤੇ, ਦੁਆਰ ਉਹਦੇ ਗਿਆਨ ਦੇ ਖੁੱਲ ਜਾਵਣ, ਚੁੰਮ ਲਵੇ ਜੋ ਆ ਕੇ ਦੁਆਰ ਤੇਰਾ, ਤੇਰੇ ਦਰ ਦੀ ਢੂੜ ਢੂੰਡਾ, ਮੱਥੇ ਸੇਵਕ ਹੋ ਜਾਏ ਭੌਜਲੋ ਪਾਰ ਤੇਰਾ, ਰਾਜੇ ਰੰਗ ਨੂੰ ਇੱਕੋ ਜਿਹੀ ਜੀ ਆਇਆ, ਦਰ ਆਖਦਾ ਬਾਹਾਂ ਪਸਾਰ ਤੇਰਾ, ਰਾਜੇ ਰੰਗ ਨੂੰ ਇੱਕੋ ਜਿਹੀ ਜੀ ਆਇਆ, ਵੈਲਕਮ ਰਾਜੇ ਰਾਜੇ ਰੰਗ ਨੂੰ ਇੱਕੋ ਜਿਹੀ ਜੀ ਆਇਆ, ਦਰ ਆਖਦਾ ਬਾਹਾਂ ਪਸਾਰ ਤੇਰਾ। ਜਗਿੰਦਰ ਜਤਿੰਦਰ ਜੀ ਇੱਕ ਸ਼ੇਰ ਹੈ, ਸਵਾਗਤ, ਜਿਹਦੀ ਜੇਬ ਵਿੱਚ ਸੱਚ ਦੇ ਚਾਰ ਸਿੱਕੇ, ਜਿਹਦੀ ਜੇਬ ਵਿੱਚ ਸੱਚ ਦੇ ਚਾਰ ਸਿੱਕੇ, ਕੇਵਲ ਉਹਦੇ ਸੰਗਕਾਰ ਵਿਹਾਰ, ਜਿਹਦੀ ਜੇਬ ਵਿੱਚ ਸੱਚ ਦੇ ਚਾਰ ਸਿੱਕੇ, ਕੇਵਲ ਉਹਦੇ ਸੰਗਕਾਰ ਵਿਹਾਰ ਤੇਰਾ, ਇੱਥੇ ਜਿੱਠਾ ਨਿਮਾਣੇ ਨੂੰ ਮਾਣ ਮਿਲਦਾ, ਸ਼ਾਹੂਕਾਰ ਜਿੱਠਾ ਸੇਵਾਦਾਰ, ਇੱਥੇ ਜਿੱਠਾ ਨਿਮਾਣੇ ਨੂੰ ਮਾਣ ਮਿਲਦਾ, ਸ਼ਾਹੂਕਾਰ ਜਿੱਠਾ ਸੇਵਾਦਾਰ ਤੇਰਾ, ਨੌ ਨਿਧੀਆਂ ਨਿਤ ਨਿਓਣ ਜਿੱਥੇ ਰਵਿਦਾਸ ਜੀ ਸੱਚਾ ਦਰਬਾਰ, ਨੌ ਨਿਧੀਆਂ ਨਿਤ ਨਿਓਣ ਜਿੱਥੇ ਰਵਿਦਾਸ ਜੀ ਸੱਚਾ ਦਰਬਾਰ ਤੇਰਾ। ਤੋ ਆਓ ਦੋਸਤੋ, ਮੈਨੂੰ ਹਾਸ ਵਿਅੰਗ ਵਾਸਤੇ ਕਿਹਾ ਗਿਆ ਸੀ, ਹਾਸ ਰਸ ਵਾਸਤੇ, ਹਾਸ ਵਿਅੰਗ ਵਿੱਚ ਔਰ ਹਾਸ ਰਸ ਵਿੱਚ ਬੜਾ ਥੋੜਾ ਫਰਕ ਹੈ। ਹਾਸ ਵਿਅੰਗ ਇੱਕ ਚੋਟ ਕਰਨੀ ਹੁੰਦੀ ਹੈ ਸਮਾਜਿਕ ਕੀਮਤਾਂ ਉੱਤੇ, ਉਹਦੇ ਵਿੱਚ ਬਹੁਤਾ ਹਾਸਾ ਨਹੀਂ ਹੁੰਦਾ, ਲੇਕਿਨ ਇੱਕ ਮੈਸੇਜ ਬੜਾ ਵੱਡਾ ਹੁੰਦਾ। ਤੇ ਹਾਸ ਰਸ ਦਾ ਮਤਲਬ ਸਿਰਫ ਹਸਾਈ ਜਾਓ, ਵਿੱਚੋਂ ਹੋਰ ਕੋਈ ਮੈਸੇਜ ਨਿਕਲੇ ਜਾਂ ਨਾ ਨਿਕਲੇ, ਤੇ ਰਲੇ ਮਿਲੇ ਦੋਨੋਂ ਤਿੰਨ ਚਾਰ ਵਾਰ ਤੁਹਾਡੇ ਸਾਹਮਣੇ ਕਵਾਂਗਾ। ਪਹਿਲੇ ਇੱਕ ਵਿਅੰਗ, ਜਤਿੰਦਰ ਜੀ ਤੁਹਾਡਾ ਨਾਮ ਗਲਤ ਲਿਆ ਗਿਆ, ਹਾਂ ਆਓ ਦੋਸਤੋ, ਰੱਬ ਦਾ ਘਰ ਕੋਈ ਵੀ ਹੋਵੇ, ਕਿਧਰੇ ਵੀ ਜੇ ਜਾ ਬੈਠੋ, ਮੰਦਰ ਮਸਜਿਦ ਗੁਰੂਦੁਆਰਾ ਕਿਧਰੇ ਵੀ ਜੇ ਜਾ ਬੈਠੋ, ਏਦਾਂ ਲੱਗਣ ਲੱਗ ਪੈਂਦਾ ਇਹ ਸਭ ਵਪਾਰ ਦਾ ਖੇਤਰ ਹੈ। ਮੰਦਰ ਮਸਜਿਦ ਗੁਰੂਦੁਆਰਾ, ਰੱਬ ਦਾ ਘਰ ਕੋਈ ਵੀ ਹੋਵੇ, ਕਿਧਰੇ ਵੀ ਜੇ ਜਾ ਬੈਠੋ, ਏਦਾਂ ਲੱਗਣ ਲੱਗ ਪੈਂਦਾ ਇਹ ਸਭ ਵਪਾਰ ਦਾ ਖੇਤਰ ਹੈ। ਕੌਮੀ ਪਾਰਕ ਬਣਿਆ ਅਤੇ ਸਮਰਪਿਤ ਹੋਇਆ ਬੁੱਢਿਆਂ ਨੂੰ, ਸੀਨੀਅਰ ਸਿਟੀਜ਼ਨ ਨੂੰ, ਕੌਮੀ ਪਾਰਕ ਬਣਿਆ ਅਤੇ ਸਮਰਪਿਤ ਹੋਇਆ ਬੁੱਢਿਆਂ ਨੂੰ, ਯੁਵਕ ਯੁਵਤੀਆਂ ਲਈ ਅੱਜ ਉਹ ਪ੍ਰੇਮ ਪਿਆਰ ਦਾ ਖੇਤਰ ਹੈ। ਰੱਬ ਦਾ ਘਰ ਕੋਈ ਵੀ ਹੋਵੇ, ਕਿਧਰੇ ਵੀ ਜੇ ਜਾ ਬੈਠੋ, ਏਦਾਂ ਲੱਗਣ ਲੱਗ ਪੈਂਦਾ ਇਹ ਸਭ ਵਪਾਰ ਦਾ ਖੇਤਰ ਹੈ। ਕੌਮੀ ਪਾਰਕ ਬਣਿਆ ਅਤੇ ਸਮਰਪਿਤ ਹੋਇਆ ਬੁੱਢਿਆਂ ਨੂੰ।